हाँ जी, तो वेलकम बैक एक बार फिर टीच वीज़ा पंजाबी। तो उम्मीद करदा कि तुसी ठीक होवोगे। इस वीडियो दे विच असी गल करांगे निपोली विच नोला औस्ता दी गल करांगे कि किन्ने भरावां दे नोला औस्ता निपोली दे विच निकले ने लास्ट वीक। निपोली दे बारे च काफ़ी ज़्यादा सवाल आउण डे सन। इस तों पहला मैं वीडियो बना चुका इटली दे मुख्तलिफ शहरां दे उत्ते। निपोली ते बनाईए, मलान ते बनाईए, वीनस ते बनाईए, जिनेवा ते बनाईए। जे तुसी वेखना चाहुंदे हो तां टीच वीज़ा पंजाबी चैनल ते जाके वेख सकदे हो। लास्ट वीक दे विच विच तकरीबन 4 वीडियो अपलोड कीतियां ने नोला औस्ता दे रिलेटिड, जिहड़ियां कि वख-वख सिटीज़ तों अपडेट आईआं सन, उह तुहाडे नाल सांझीआं कीतियां ने। जे तुसी वेखना चाहुंदे हो तां टीच वीज़ा पंजाबी चैनल ते जाके वेख सकदे हो। नवें हो चैनल टीच वीज़ा पंजाबी ते तैनू सबसक्राइब करो। कोई भी सवाल है तुहाडा तुसी थल्ले कमेंट बॉक्स दे विच पुछ सकदे हो। हाँ जी, तो गल करनी है जिन्हां भरावां ने सीजनल वीज़ा या फिर नॉन सीजनल वीज़ा 9 महीनिया वाले पेपर खेतीबाड़ी का वीज़ा जिहड़ा अप्लाई किया इटली के शहर निपोली तो, उन्हां वास्ते की अपडेट है। उन्हां नूं गुड न्यूज़ ये दसा कि इटली के जिहड़ा शहर निपोली है उहदे विच सरकारी दफ्तर जिहड़े ने ओपन हो गए ने। यह गुड न्यूज़ उन्हां सारे भरावां वास्ते वे जिन्हां ने निपोली दे विच अपने पेपर भरे सन सीजनल या फिर नॉन सीजनल। हुण दफ्तर ओपन हो गए ने, इहदा मतलब है वे कि काम बड़ी तेजी नाल शुरू होएगा। हुण आउण वाले दिन ਦੇ ਵਿੱਚ ਕਾਫੀ ਜ਼ਿਆਦਾ ਭਰਾਵਾਂ ਦੇ ਨੋਲਾ ਉਸਤਾ ਨਿਕਲਣਗੇ। ਇੱਕ ਦੋ ਕਮੈਂਟ ਵੀ ਆਇਆ ਸੀ ਭਰਾ ਦੋ ਨੂੰ ਮੈਂ ਥੱਲੇ ਦੱਸਿਆ ਸੀ ਕਿ 3 ਮਈ ਨੂੰ ਕਾਫੀ ਹੱਦ ਤੱਕ ਚਾਂਸ ਨੇ ਕਿ ਇਟਲੀ ਦੀ ਜਿਹੜੀ ਗੌਰਮੈਂਟ ਉਹ ਅਨਾਊਂਸਮੈਂਟ ਕਰੇ ਲਾਕਡਾਊਨ ਦੇ ਹਵਾਲੇ ਦੇ ਨਾਲ। ਉਂਝ ਕਾਫੀ ਜ਼ਿਆਦਾ ਜਿਹੜੀ ਉਹ ਨਰਮ ਸਿਚੁਏਸ਼ਨ ਹੋ ਗਈ ਇਟਲੀ ਦੇ ਵਿੱਚ। ਮੇਰੀਆਂ ਕਾਫੀ ਭਰਾਵਾਂ ਨਾਲ ਗੱਲਬਾਤ ਵੀ ਹੋਈ ਹੈ ਇਟਲੀ ਦੇ ਵੱਖ ਵੱਖ ਸ਼ਹਿਰਾਂ ਤੋਂ, ਰੋਮ ਤੋਂ ਵੀ ਗੱਲ ਹੋਈ ਹੈ ਅਤੇ ਮਿਲਾਨ ਤੋਂ ਵੀ ਗੱਲ ਹੋਈ ਹੈ ਭਰਾ ਦੇ ਨਾਲ। ਉਹ ਦੱਸਣ ਡਿਆ ਸੀ ਕਿ ਜਿੰਜਰਾਂ ਪਹਿਲਾਂ ਲਾਕਡਾਊਨ ਦੇ ਵਿੱਚ ਸਖਤੀ ਕਰਨ ਡੇ ਸਨ, ਹੁਣ ਉਂਝ ਨਹੀਂ ਕਰਨ ਡੇ ਹੈ। ਕਾਫੀ ਹੱਦ ਤੱਕ ਦੁਕਾਨਾਂ ਵੀ ਖੁੱਲ੍ਹ ਗਈਆਂ ਨੇ ਅਤੇ ਨਾਲ ਦੀ ਨਾਲ ਹੀ ਜਿਹੜੇ ਸਰਕਾਰੀ ਦਫ਼ਤਰ ਨੇ ਉਹ ਵੀ ਕਾਫੀ ਹੱਦ ਤੱਕ ਓਪਨ ਹੋ ਗਏ ਨੇ, ਕੰਮ ਵੀ ਸ਼ੁਰੂ ਹੋ ਗਿਆ। ਤਾਂ ਹੁਣ ਸਿਰਫ ਇੰਤਜ਼ਾਰ ਹੈ ਅਤੇ ਇਟਲੀ ਦੇ ਐਲਾਨ ਦਾ ਇੰਤਜ਼ਾਰ ਹੈ ਕਿ ਨੋਲਾ ਉਸਤਾ ਦੀ ਸਪੀਡ ਕਿੰਨੀ ਕੁ ਹੁੰਦੀ ਹੈ ਲਾਕਡਾਊਨ ਓਪਨ ਹੋਣ ਤੋਂ ਬਾਅਦ। ਮੈਂ ਤੁਹਾਨੂੰ ਗੁੱਡ ਨਿਊਜ਼ ਇਹ ਦੇਣੀ ਹੈ ਕਿ ਇਟਲੀ ਦੇ ਵਿੱਚ ਜਿਹੜਾ ਸ਼ਹਿਰ ਹੈ ਨਿਪੋਲੀ, ਉੱਥੋਂ ਕਾਫੀ ਹੱਦ ਤੱਕ ਗੁੱਡ ਨਿਊਜ਼ਾਂ ਆਈਆਂ ਨੇ। ਪਾਕਿਸਤਾਨੀ ਭਰਾ ਦਾ ਨੋਲਾ ਉਸਤਾ ਵੀ ਨਿਕਲਿਆ, ਉਸ ਤੋਂ ਬਾਅਦ ਬੰਗਲਾਦੇਸ਼ ਦਾ ਇੱਕ ਵੀਰ ਹੈ ਉਹਦਾ ਨੋਲਾ ਉਸਤਾ ਵੀ ਕਨਫਰਮ ਨੋਲਾ ਉਸਤਾ ਨਿਕਲਿਆ। ਉਹ ਨੋਲਾ ਉਸਤਾ ਉਹਦੀ ਜਿਹੜੀ ਨਿਕਲਣ ਦੀ ਤਰੀਕ ਸੀ ਉਹ ਹੀ 22 ਅਪ੍ਰੈਲ। 22 ਅਪ੍ਰੈਲ ਨੂੰ ਉਹਦਾ ਨੋਲਾ ਉਸਤਾ ਨਿਕਲਿਆ, ਬਿਲਕੁਲ ਕਨਫਰਮ ਨੋਲਾ ਉਸਤਾ। ਬੰਗਲਾਦੇਸ਼ ਦਾ ਭਰਾ ਵੀ ਨਿਪੋਲੀ ਤੋਂ ਉਹਦਾ ਖੇਤੀਬਾੜੀ ਦੇ ਵਿੱਚ ਸੀਜ਼ਨਲ ਵੀਜ਼ਾ ਨਿਕਲਿਆ, 9 ਮਹੀਨਿਆਂ ਵਾਲੇ ਪੇਪਰ ਉਹਨੇ ਭਰੇ ਸਨ ਅਕਤੂਬਰ ਦੇ ਵਿੱਚ, ਅਤੇ ਹੁਣ ਉਹਦਾ ਨੋਲਾ ਉਸਤਾ ਨਿਕਲਿਆ 22 ਅਪ੍ਰੈਲ ਨੂੰ। ਅਤੇ ਜਿਹੜੇ ਭਰਾਵਾਂ ਨੇ ਵੀ ਨਿਪੋਲੀ ਦੇ ਵਿੱਚ ਵੀਜ਼ੇ ਅਪਲਾਈ ਕੀਤੇ ਨੇ ਨੋਲਾ ਉਸਤਾ ਲਈ ਵੇਟ ਕਰਨ ਡੇ ਨੇ, ਉਹਨਾਂ ਦਾ ਇੰਤਜ਼ਾਰ ਆਈ ਥਿੰਕ ਇੱਕ ਹਫ਼ਤੇ ਦੇ ਵਿੱਚ ਖਤਮ ਹੋਣ ਵਾਲਾ, ਉਹਨਾਂ ਦਾ ਵੀਜ਼ਾ ਜ਼ਰੂਰ ਨਿਕਲੇਗਾ। ਅਤੇ ਜਿਹੜੇ ਭਰਾ ਬਾਰ ਬਾਰ ਕਮੈਂਟ ਕਰਦੇ ਨੇ ਉਹਨਾਂ ਦਾ ਰਿਪਲਾਈ ਨਹੀਂ ਦੇ ਸਕਦਾ ਮੈਂ, ਉਹਦੇ ਲਈ ਮੈਂ ਮਾਜ਼ਰਤ ਕਰਨਾ ਵਾਂ, ਕਿਉਂਕਿ ਤੁਹਾਡੇ ਭਰਾਵਾਂ ਦੇ ਬਹੁਤ ਹੀ ਜ਼ਿਆਦਾ ਸਵਾਲ ਹੁੰਦੇ ਨੇ ਜਿਹਦੇ ਕਰਕੇ ਹਰ ਭਰਾ ਨੂੰ ਸੈਪਰੇਟਲੀ ਰਿਪਲਾਈ ਨਹੀਂ ਦਿੱਤਾ ਜਾਂਦਾ। ਅਤੇ ਜਿਹੜੇ ਭਰਾ ਮੇਲ ਕਰਦੇ ਨੇ ਉਹਨਾਂ ਭਰਾਵਾਂ ਦਾ ਮੈਂ ਰਿਪਲਾਈ ਜ਼ਰੂਰ ਕਰਨਾ, ਤੁਸੀਂ ਮੇਲ 'ਤੇ ਪੁੱਛ ਸਕਦੇ ਹੋ। ਉਸ ਤੋਂ ਇਲਾਵਾ ਜੇ ਤੁਸੀਂ ਫੇਸਬੁੱਕ 'ਤੇ ਗੱਲ ਕਰਨਾ ਚਾਹੁੰਦੇ ਹੋ ਤਾਂ ਫੇਸਬੁੱਕ 'ਤੇ ਵੀ ਗੱਲ ਕਰ ਸਕਦੇ ਹੋ, ਫੇਸਬੁੱਕ 'ਤੇ ਮੈਂ ਕਾਲਾਂ ਵੀ ਤੁਹਾਡੀਆਂ ਰਿਸੀਵ ਕਰਨਾ। ਹਾਂਜੀ, ਤਾਂ ਕੁੱਲ ਮਿਲਾ ਕੇ ਗੱਲ ਇਹ ਵੇ ਕਿ ਜਿਨ੍ਹਾਂ ਭਰਾਵਾਂ ਨੇ ਇਟਲੀ ਦੇ ਵਿੱਚ ਆਪਣਾ ਸੀਜ਼ਨਲ ਜਾਂ ਫਿਰ ਨਾਨ ਸੀਜ਼ਨਲ ਵੀਜ਼ਾ ਅਪਲਾਈ ਕੀਤਾ ਖੇਤੀਬਾੜੀ ਦੇ ਪੇਪਰਾਂ ਦੇ ਵਿੱਚ, ਉਹ ਕੋਂਟੈਕਟ ਕਰਨ ਆਪਣੇ ਏਜੰਟ ਦੇ ਨਾਲ, ਆਪਣੇ ਵੀਰ ਦੇ ਨਾਲ ਜਿਹਦੇ ਜ਼ਰੀਏ ਵੀ ਪੇਪਰ ਭਰੇ ਨੇ, ਉਹਨੂੰ ਕੋਂਟੈਕਟ 'ਚ ਰਹਿਣ। ਉਹਨਾਂ ਦਾ ਅੱਜ ਕੱਲ੍ਹ ਦੇ ਵਿੱਚ ਵੀਜ਼ਾ ਜਿਹੜਾ ਉਹ ਜ਼ਰੂਰ ਨਿਕਲੇਗਾ। ਇਹ ਕਨਫਰਮ ਨਹੀਂ ਕਿ ਅੱਜ ਕੱਲ੍ਹ ਦੇ ਵਿੱਚ ਨਿਕਲੇਗਾ, ਬਟ ਕਾਫੀ ਹੱਦ ਤੱਕ ਚਾਂਸ ਨੇ ਕਿ ਤੁਹਾਡਾ ਵੀਜ਼ਾ ਜਲਦੀ ਹੀ ਨਿਕਲ ਜਾਏਗਾ, ਤੁਹਾਡਾ ਨੋਲਾ ਉਸਤਾ ਜਲਦੀ ਹੀ ਨਿਕਲੇਗਾ, ਕਿਉਂਕਿ ਸਰਕਾਰੀ ਦਫ਼ਤਰ ਓਪਨ ਹੋ ਗਏ ਨੇ ਅਤੇ ਨਾਲ ਦੀ ਨਾਲ ਹੀ ਲਾਕਡਾਊਨ ਦੇ ਵਿੱਚ ਵੀ ਕਾਫੀ ਹੱਦ ਤੱਕ ਨਰਮੀ ਆ ਚੁੱਕੀ ਹੈ। ਅਤੇ ਇਹਦਾ ਮਤਲਬ ਇਹ ਵੇ ਕਿ ਆਉਣ ਵਾਲੇ 1-2 ਵੀਕ ਦੇ ਵਿੱਚ ਕਾਫੀ ਹੱਦ ਤੱਕ ਤੁਹਾਡਾ ਨੋਲਾ ਉਸਤਾ ਜਿਹੜਾ ਉਹਦਾ ਰਿਜ਼ਲਟ ਆਈਏਗਾ। ਉਸ ਤੋਂ ਇਲਾਵਾ ਜਿਹੜੇ ਸਭਨਾਂ ਨੂੰ ਜ਼ਿਆਦਾ ਸਵਾਲ ਪੁੱਛੇ ਜਾਂਦੇ ਨੇ ਕਿ 2021 ਦੇ ਵਿੱਚ ਸੀਜ਼ਨਲ ਵੀਜ਼ੇ ਓਪਨ ਹੋਣਗੇ ਜਾਂ ਨਹੀਂ ਹੋਣਗੇ, ਅਤੇ ਉਹਦੇ 'ਤੇ ਮੈਂ ਇੱਕ ਸੈਪਰੇਟ ਵੀਡੀਓ ਬਣਾਈਏ, ਤੁਸੀਂ ਜਾ ਕੇ ਵੇਖ ਸਕਦੇ ਹੋ ਟੀਚ ਵੀਜ਼ਾ ਪੰਜਾਬੀ ਚੈਨਲ 'ਤੇ। ਉਹ 'ਤੇ ਮੈਂ ਤੁਹਾਨੂੰ ਸਾਰੀ ਦੀ ਸਾਰੀ ਅਪਡੇਟ ਦੱਸੀਏ ਕਿ ਕਿੰਨੇ ਕੁ ਚਾਂਸ ਨੇ ਵੀਜ਼ਾ ਓਪਨ ਹੋਣ ਦੇ ਅਤੇ ਕਿੰਨੇ ਫੀਸਦ ਭਰਾ ਜਿਹੜੇ ਨੇ ਉਹ ਵੀਜ਼ਾ ਅਪਲਾਈ ਕਰ ਸਕਣਗੇ ਜੇ ਵੀਜ਼ੇ ਓਪਨ ਹੋਏ ਤਾਂ। ਹਾਂਜੀ, ਅਤੇ ਇਹ ਸੀ ਅੱਜ ਦੀ ਵੀਡੀਓ। ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ, ਨਵੇਂ ਹੋ ਚੈਨਲ ਟੀਚ ਵੀਜ਼ਾ ਪੰਜਾਬੀ 'ਤੇ ਇਹਨੂੰ ਸਬਸਕ੍ਰਾਈਬ ਕਰੋ। ਮਿਲਦੀ ਹਾਂ ਤੁਹਾਨੂੰ ਅਗਲੀ ਵੀਡੀਓ 'ਤੇ, ਉਦੋਂ ਤੱਕ ਰੱਬ ਰਾਖਾ।